ਪਾਕਿਸਤਾਨ ਦਾ ਇੱਕ ਪਿੰਡ ਹੈ ਚੱਕ ਬੇਦੀ ਪਾਕਪਤਨ ਜ਼ਿਲ੍ਹੇ ਦਾ ਪਿੰਡ ਹੈ ਔਰ ਪਾਕਪਤਨ ਤੋਂ ਤਕਰੀਬਨ 20-21 ਕਿਲੋਮੀਟਰ ਦੀ ਵਿੱਥ ਤੇ ਹੋਣਾ ਇਹ ਪਿੰਡ ਪਾਕਪਤਨ ਦੀਪਾਲਪੁਰ ਰੋਡ ਤੇ ਬੂੰਗਾ ਹਜਾਤਾ ਹੈ ਨਾ ਜਿੱਥੇ ਉਹਦੇ ਤੋਂ ਤਕਰੀਬਨ 3 ਕਿਲੋਮੀਟਰ ਦੂਰ ਆ ਇਹੇ ਪਿੰਡ ਬਹੁਤ ਪੁਰਾਣਾ ਪਿੰਡ ਹੈ ਤੇ ਇਤਿਹਾਸਿਕ ਪਿੰਡ ਹੈ ਉੱਥੇ ਇੱਕ ਮੇਲਾ ਹੁੰਦਾ ਸੀ ਬੇਦੀਆਂ ਦਾ ਮੇਲਾ ਜਿਹਦੇ ਵਿੱਚ ਲੱਖਾਂ ਲੋਕ ਪਹੁੰਚਦੇ ਸਨ ਔਰ ਉਸ ਮੇਲੇ ਦੇ ਵਿੱਚ ਬਹੁਤ ਤਕੜੇ ਤਕੜੇ ਪਹਿਲਵਾਨ ਵੀ ਹਿੱਸਾ ਲੈਂਦੇ ਸਨ ਬੜੀ ਤਕੜੀ ਕੁਸ਼ਤੀ ਹੁੰਦੀ ਸੀ ਉਹਨਾਂ ਦੇ ਵਿੱਚ ਦੇਸ਼ ਤਕਸੀਮ ਹੋ ਗਿਆ ਤਾਂ ਉਹੀ ਮੇਲਾ ਅੱਜ ਹਿੰਦੁਸਤਾਨ ਦੇ ਵਿੱਚ ਚੱਲਦਾ ਕਿਉਂ ਲਗਾਇਆ ਜਾਂਦਾ ਸੀ ਉਹ ਮੇਲਾ ਬੜੀ ਅਨੋਖੀ ਦਾਸਤਾਨ ਹੈ ਇਸ ਦੀ ਜੱਕ ਬੇਦੀ ਦੇ ਵਿੱਚ ਜਿਹੜਾ ਉਹ ਉਰਸ ਯਾਨੀ ਮੇਲਾ ਲਗਾਇਆ ਜਾਂਦਾ ਸੀ ਉਹਦੇ ਬਾਰੇ ਗੱਲ ਕਰਦੇ ਆ ਮਜਬੀ ਰਸਮਾਂ ਹੁੰਦੀਆਂ ਸਨ ਤੇ ਵੱਡੇ ਪੈਮਾਨੇ ਤੇ ਦੰਗਲ ਕਰਵਾਏ ਜਾਂਦੇ ਸਨ ਮੁਲਕ ਪਰ ਦੇ ਵਿੱਚੋਂ ਪਹਿਲਵਾਨ ਕੁਸ਼ਤੀ ਲੜਨ ਦੇ ਲਈ ਆਉਂਦੇ ਸੀ ਦੰਗਲ 2 ਦਿਨ ਚੱਲਦਾ ਰਹਿੰਦਾ ਬਾਕਾਇਦਾ ਕੋਈ ਟਿਕਟ ਨਹੀਂ ਲੱਗਦੀ ਸੀਗੀ ਮੁਫਤ ਬਿਲਕੁਲ ਮੁਫਤ ਤਮਾਸ਼ਾ ਦੇਖਦੇ ਸਨ ਲੋਕ ਜਿਹੜੇ ਪਹਿਲਵਾਨ ਆਉਂਦੇ ਸੀ ਉਹਨਾਂ ਨੂੰ ਬੇਦੀ ਪਰਿਵਾਰ ਆਪਣੀ ਜੇਬ ਦੇ ਵਿੱਚੋਂ ਹੀ ਇਨਾਮ ਦਿਆ ਕਰਦੇ ਸਨ ਇਸ ਦੰਗਲ ਦੇ ਵਿੱਚ ਕਿਸੇ ਸਮੇਂ ਜਿੰਨਾ ਮਸ਼ਹੂਰ ਪਹਿਲਵਾਨਾਂ ਨੇ ਹਿੱਸਾ ਲਿਆ ਉਹ ਸੀਗੇ ਗੁੰਗਾ ਪਹਿਲਵਾਨ ਬਹੁਤ ਚੜਤ ਸੀ ਉਹ ਉਸ ਵਕਤ ਰਹੀਮ ਪਹਿਲਵਾਨ ਸੋਨ ਸਿੰਘ ਵੱਡਾ ਤੇ ਸੋਨ ਸਿੰਘ ਛੋਟਾ ਪਹਿਲਵਾਨ ਕਰੀਮ ਬਖਸ਼ ਸੋਹਿਲਾ ਇਮਾਮ ਬਖਸ਼ ਸੋਹਿਲਾ ਗੰਦਾ ਸਿੰਘ ਜੋਹਿਲਾ ਬਾਦ ਸਿੰਘ ਲੁਲਿਆਣੀ ਮੰਗਲ ਤਿਰੱਗਾ ਬਰਕਤ ਨਾਗਾ ਕਾਲਾ ਨੰਨੂ ਕੋਲਾਪੁਰ ਹੋਰ ਵੀ ਸੀਗੇ ਕਈ ਪਹਿਲਵਾਨ ਬਹੁਤ ਮਸ਼ਹੂਰ ਸੀਗੇ ਉਸ ਵਕਤ ਤੇ ਕਈ ਇਹੋ ਜਿਹੇ ਪਹਿਲਵਾਨ ਵੀ ਆਉਂਦੇ ਸੀਗੇ ਜਿਹੜੇ ਉਸ ਵਕਤ ਤਾਂ ਮਸ਼ਹੂਰ ਨਹੀਂ ਸੀਗੇ ਪਰ ਬਾਦ ਦੇ ਵਿੱਚ ਉਹਨਾਂ ਨੇ ਚੰਗਾ ਨਾਮ ਨਖਟਿਆ ਉਹ ਜਿਹੜਾ ਉੱਥੇ ਦੰਗਲ ਹੁੰਦਾ ਸੀ ਉਹਦੀ ਖਾਸੀਅਤ ਕੀ ਸੀ ਖਾਸੀਅਤ ਇਹ ਸੀ ਕਿ ਉੱਥੇ ਨੂਰਾ ਕੁਸ਼ਤੀ ਨਹੀਂ ਸੀ ਹੁੰਦੀ ਹਮੇਸ਼ਾ ਕਾਂਟਾ ਕੁਸ਼ਤੀ ਹੁੰਦੀ ਸੀ ਜੇ ਪਹਿਲਵਾਨ ਆਪਸ ਦੇ ਵਿੱਚ ਅੰਦਰੋਂ ਅੰਦਰੀ ਸਮਝੌਤਾ ਕਰ ਲੈਣ ਕਿ ਫਲਾਣੇ ਹਾਰੇ ਤੇ ਫਲਾਣੇ ਜਿੱਤੇ ਦਾ ਤਾਂ ਇਸ ਨੂੰ ਨੂਰਾ ਕੁਸ਼ਤੀ ਕਿਹਾ ਜਾਂਦਾ ਹੈ ਤੇ ਕਾਂਟਾ ਕੁਸ਼ਤੀ ਕਾਂਟਾ ਕੁਸ਼ਤੀ ਉਹ ਹੁੰਦੀ ਹੈ ਜਿਸ ਦੇ ਵਿੱਚ ਦੋਵੇਂ ਪਹਿਲਵਾਨ ਇਮਾਨਦਾਰੀ ਦੇ ਨਾਲ ਆਪਣਾ ਪੂਰਾ ਕਮਾਲ ਦਿਖਾਉਣ ਤੇ ਦੂਜੇ ਨੂੰ ਹਰਾਉਣ ਦੇ ਲਈ ਸਹੀ ਹਿੱਦਤਾ ਦੇ ਨਾਲ ਕੋਸ਼ਿਸ਼ ਕਰ। ਅਕਸਰ ਇੰਜ ਵੀ ਹੋਇਆ ਜਦੋਂ ਕਿਦਰੇ ਕੁਸ਼ਤੀ ਤੇ ਕਾਂਟਾ ਹੋਣ ਦੇ ਵਿੱਚ ਸ਼ੱਕ ਹੋਇਆ ਤਾਂ ਉਹ ਕੁਸ਼ਤੀ ਮੁਲਤਵੀ ਕਰਵਾ ਦਿੱਤੀ ਜਾਂਦੀ। ਇਹ ਦੰਗਲ ਉੱਥੇ ਹੀ ਹੁੰਦਾ ਸੀ ਸਿਰਫ ਸਾਰਿਆਂ ਨੇ ਯਕੀਨ ਸੀਗਾ ਕਿ ਇੱਥੇ ਨੂਰਾ ਕੁਸ਼ਤੀ ਤਾਂ ਹੋ ਹੀ ਨਹੀਂ ਸਕਦੀ ਇਹ ਜਿਹੜਾ ਉਸ ਹੁੰਦਾ ਸੀ ਮੇਲਾ ਹੁੰਦਾ ਸੀ ਇਹਦੇ ਵਿੱਚ ਜਿਹੜਾ ਦੰਗਲ ਕਰਵਾਇਆ ਜਾਂਦਾ ਸੀ ਇਹਦੇ ਵਿੱਚ ਲੋਕ ਕੋਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਸੀਗੇ ਲੱਖ ਡੇ ਲੱਖ ਦੀ ਪੀੜ ਹੁੰਦੀ ਸੀ ਮਹਿਮਾਨਖਾਨੇ ਤੂੜੇ ਜਾਂਦੇ ਪੂਰੇ ਵੱਡੇ ਵੱਡੇ ਜ਼ਮੀਂਦਾਰ ਆਉਂਦੇ ਤੇ ਜਦੋਂ ਮਹਿਮਾਨਖਾਨੇ ਭਰੇ ਜਾਂਦੇ ਪੂਰੀ ਤਰ੍ਹਾਂ ਤਾਂ ਉਹਨਾਂ ਨੂੰ ਤੰਬੂ ਲਗਾਉਣੇ ਪੈਂਦੇ ਮੇਲਾ ਬਹੁਤ ਵੱਡਾ ਸੀਗਾ ਚੰਗਾ ਨਾਮਨਾ ਸੀ ਉਸ ਵਕਤ ਦਾ ਉਦਾਂ ਦੇਸ਼ ਤਕਸੀਮ ਹੋ ਗਿਆ ਤਾਂ ਇਹ ਪਰਿਵਾਰ ਉੱਥੋਂ ਚੱਲ ਕੇ ਹਿੰਦੁਸਤਾਨ ਦੇ ਵਿੱਚ ਆ ਕੇ ਆਬਾਦ ਹੋ ਗਿਆ ਮੇਲਾ ਲਗਾਇਆ ਕਿਉਂ ਜਾਂਦਾ ਸੀ ਤੇ ਕਿੱਥੇ ਹੁੰਦਾ ਹੁਣ ਇਹ ਮੇਲਾ ਹਿੰਦੁਸਤਾਨ ਦੇ ਵਿੱਚ ਜਦੋਂ ਦੇਸ਼ ਤਕਸੀਮ ਹੋ ਗਿਆ ਤਾਂ ਉਹ ਜਿਹੜਾ ਮੇਲਾ ਕਰਵਾਇਆ ਜਾਂਦਾ ਸੀ ਜਿਹੜੇ ਕਰਵਾਉਂਦੇ ਸੀਗੇ ਬੇਦੀ ਪਰਿਵਾਰ ਉਹ ਹਿੰਦੁਸਤਾਨ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਆ ਕੇ ਆਬਾਦ ਹੋ ਗਏ ਇੱਥੇ ਉਹਨਾਂ ਨੇ ਮੇਲੇ ਲਗਵਾਉਣਾ ਸ਼ੁਰੂ ਕਰ ਦਿੱਤਾ ਫਾਜ਼ਿਲਕਾ ਦਾ ਪਿੰਡ ਹੈ ਲਾਲੋਵਾਲੀ ਉੱਥੇ ਲੱਗਦਾ ਮੇਲਾ ਜੇ ਜੱਕ 베ਦੀ ਦੇ ਵਿੱਚ ਕੁਸ਼ਤੀ ਹੁੰਦੀ ਸੀ ਜਾਂ ਕਬੱਡੀ ਹੁੰਦੀ ਸੀ ਤਾਂ ਕੁਸ਼ਤੀ ਤੇ ਕਬੱਡੀ ਇਸ ਮੇਲੇ ਵਿੱਚ ਵੀ ਹੁੰਦੀ ਰਹੀ ਹੈ ਤੇ ਇਸ 베ਦੀ ਪਰਿਵਾਰ ਦੇ ਕਵਰ ਮਹਿੰਦਰ ਸਿੰਘ 베ਦੀ ਉਹ ਵੀ ਖੁਦ ਹੀ ਕੁਸ਼ਤੀ ਦੇ ਬੜੇ ਮਾਹਿਰ ਸਨ ਜਦੋਂ ਇੱਥੇ ਮੇਲਾ ਸ਼ੁਰੂ ਹੋਇਆ ਤਕਸੀਮ ਤੋਂ ਬਾਅਦ ਤਾਂ ਇੱਥੇ ਵੀ ਚੰਗੇ ਪਹਿਲਵਾਨ ਆ ਕੇ ਕੁਸ਼ਤੀ ਲੜਦੇ ਰਹੇ ਨੇ ਜੇ ਉੱਥੇ ਚੱਕ ਬੇਦੀ ਦੇ ਵਿੱਚ ਗਾਮਾ ਪਹਿਲਵਾਨ ਨੇ ਕੁਸ਼ਤੀ ਲੜੀ ਹੈ ਬਹੁਤ ਮਸ਼ਹੂਰ ਹੈ ਨਾ ਗਾਮਾ ਪਹਿਲਵਾਨ ਤਾਂ ਇੱਥੇ ਵੀ ਉਹਨਾਂ ਨੇ ਆ ਕੇ ਪਹਿਲਵਾਨੀ ਕੀਤੀ ਹੈ ਇਸ ਤੋਂ ਇਲਾਵਾ ਇੱਥੇ ਝੂਮਰ ਵੀ ਹੁੰਦੀ ਰਹੀ ਹੈ ਉਹਦੇ ਵੀ ਮੁਕਾਬਲੇ ਹੁੰਦੇ ਰਹੇ ਨੇ ਦੂਰ ਦੂਰ ਤੋਂ ਆਂਦੇ ਸੀ ਲੋਕ ਦੇਖਣ ਦੇ ਵਾਸਤੇ ਗੱਲ 1967 68 ਦੀ ਹੈ ਉਸ ਵਕਤ ਬਾਬਾ ਪੋਕਰ ਸਿੰਘ ਦੀ ਝੂਮਰ ਬੜੀ ਮਸ਼ਹੂਰ ਸੀ ਨਾਮ ਤਾਂ ਉਹਨਾਂ ਦਾ ਅੱਜ ਵੀ ਮਸ਼ਹੂਰ ਹੈ ਉਹਨਾਂ ਦਾ ਮੁਕਾਬਲਾ ਹੋਇਆ ਸੀ ਜੰਮੂ ਰਾਮ ਦੀ ਝੂਮਰ ਦੀ ਟੀਮ ਦੇ ਨਾਲ ਤਕੜਾ ਮੁਕਾਬਲਾ ਸੀ ਦੋਮਾ ਦੇ ਵਿੱਚ ਇੱਕ ਇੱਕ ਕਦਮ ਤੇ ਇੱਕ ਇੱਕ ਹੱਥ ਦੀ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਸੀ ਕੀ ਹੋਇਆ ਕਿ ਬਾਬਾ ਪੋਕਰ ਸਿੰਘ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਜਦੋਂ ਬਾਬਾ ਹਰਦਿੱਤ ਸਿੰਘ ਜੀ ਫਤੋ ਕੀ ਤਾਂ ਉਹਨਾਂ ਦੇ ਸੁਪੁੱਤਰ ਕਵਰ ਲਜਿੰਦਰ ਸਿੰਘ 베ਦੀ ਦੀ ਦੇਖਰੇਖ ਦੇ ਵਿੱਚ ਮੇਲਾ ਹੁੰਦਾ ਰਿਹਾ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਬ੍ਰਿਗੇਡੀਅਰ ਅਮਰਜੀਤ ਸਿੰਘ 베ਦੀ ਨੇ ਮੇਲੇ ਦੀ ਕਮਾਂਡ ਸੰਭਾਲ ਲਈ ਕੈਪਟਨ ਐਮ ਐਸ 베ਦੀ ਉਹਨਾਂ ਦੇ ਨਾਲ ਜਦੋਂ ਗੱਲ ਕੀਤੀ ਗਈ ਕਿ ਮੇਲਾ ਲਗਵਾਇਆ ਕਿਉਂ ਜਾਂਦਾ ਤੱਕੀ ਆਖਦੇ ਨੇ ਉਹ ਉਹ ਅੱਗੇ ਦੱਸਦੇ ਆ ਬੇਦੀਆਂ ਦਾ ਮੇਲਾ ਲਗਾਨ ਦੇ ਪਿੱਛੇ ਜਿਹੜਾ ਦਮਦਾਰ ਤੱਤ ਹੈ ਉਹਦੇ ਬਾਰੇ ਜਦੋਂ ਕੈਪਟਨ ਐਮ ਐਸ ਬੇਦੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਦੇ ਪਰਦਾਦਾ ਬੇਪਿਤਾ ਬਾਬਾ ਖੇਮ ਸਿੰਘ ਜੀ ਬੇਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 13ਵੇਂ ਵੰਸ਼ ਦੇ ਵਿੱਚੋਂ ਨੇ ਉਹਨਾਂ ਨੇ ਤਿੰਨ ਵਿਆਹ ਕਰਵਾਏ ਹੋਏ ਸੀ ਪਹਿਲੀ ਪਤਨੀ ਦੀ ਕੋਖ ਦੇ ਵਿੱਚੋਂ ਚਾਰ ਪੁੱਤਰਾਂ ਨੇ ਜਨਮ ਲਿਆ ਤਾਂ ਫਿਰ ਉਸ ਪਤਨੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹਨਾਂ ਦੀ ਦੂਜੀ ਸ਼ਾਦੀ ਕੀਤੀ ਗਈ ਪਰ ਉਹਦੇ ਵਿੱਚ ਕੋਈ ਬੱਚਾ ਪੈਦਾ ਨਹੀਂ ਹੋਇਆ ਫਿਰ ਤੀਜੀ ਸ਼ਾਦੀ ਕੀਤੀ ਤਦੋਂ ਲੜਕੇ ਪੈਦਾ ਹੋਏ ਇਸਤੇ ਬਾਬਾ ਖੇਮ ਸਿੰਘ ਬੇਦੀ ਜੀ ਦੀ ਦੂਸਰੀ ਪਤਨੀ ਨੇ ਕਿਹਾ ਕਿ ਉਹਨਾਂ ਦੀ ਕੋਖ ਦੇ ਵਿੱਚੋਂ ਕੋਈ ਬੱਚਾ ਨਹੀਂ ਹੋਇਆ ਇਸ ਕਾਰਨ ਉਹਨਾਂ ਦਾ ਕਦੇ ਕੋਈ ਨਾਮ ਹੀ ਨਹੀਂ ਲਾਏਗਾ ਕੈਪਟਨ ਐਮ ਐਸ ਬੇਦੀ ਇਸ ਬਾਰੇ ਦੱਸਦੇ ਨੇ ਕਿ ਬਾਬਾ ਹਰਦੇਤ ਸਿੰਘ ਬੇਦੀ ਨੇ ਉਸ ਵਕਤ ਇਹ ਵਾਅਦਾ ਕੀਤਾ ਸੀ ਕਿ ਉਹ ਜਦੋਂ ਤੱਕ ਜਿੰਦਾ ਰਹਿਣਗੇ ਉਹਨਾਂ ਦੇ ਨਾਮ ਨੂੰ ਯਾਦ ਰੱਖਣ ਦੇ ਲਈ ਉਸ ਹੁੰਦਾ ਰਹੇਗਾ ਮੇਲਾ ਹੁੰਦਾ ਰਹੇਗਾ ਤਾਂ ਹੀ ਅੱਜ ਪਿੰਡ ਲਾਲੋਵਾਲੀ ਦੇ ਵਿੱਚ ਵੀ ਮੇਲਾ ਹੁੰਦਾ ਹੈ ਹਜ਼ਾਰਾਂ ਦੀ ਪੀੜ ਜੁੜਦੀ ਆ ਅੱਜ ਵੀ ਉਸ ਮੇਲੇ ਦੇ ਵਿੱਚ ਹੁਣ ਵੀ ਮੇਲਾ ਹੋਵੇਗਾ ਦੇਖਣਾ ਕੀ ਹੁੰਦਾ ਉਸ ਮੇਲੇ ਦੇ ਵਿੱਚ